ਕੱਲਾ ਹੀ ਆ ਗਿਆ, ਕਿੱਥੇ ਰਹਿ ਤੇਰੇ ਹਮਾਇਤੀ? ਸ਼ੇਰ ਕੱਲਾ ਹੀ ਹੁੰਦਾ ਕੁਕਰਾ। ਸਤਿ ਸ੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਸੋ ਫਾਈਨਲੀ ਜਿਸ ਘੜੀ ਦੀ ਵੇਟ ਸੀ, ਕਹਿ ਲਈਏ ਕਿ ਸੁੱਚਾ ਸੂਰਮਾ ਮੂਵੀ ਦਾ ਬਹੁਤ ਇੰਤਜ਼ਾਰ ਕਰਵਾਇਆ ਯਾਰ, ਕਿੰਨੇ ਸਮੇਂ ਤੋਂ ਉਹ ਮੂਵੀ ਕਹਿ ਲਈਏ ਕਿ ਆ ਰਹੀ ਹੈ, ਪਰ ਅੱਜ ਉਹਦਾ ਓਫੀਸ਼ੀਅਲ ਟ੍ਰੇਲਰ ਸਾਡੇ ਸਾਹਮਣੇ ਆ ਚੁੱਕਿਆ ਹੈ। ਅਤੇ ਆਓ ਬੱਬੂ ਮਾਨ ਦਾ ਸੁੱਚਾ ਸੂਰਮਾ ਮੂਵੀ ਦਾ ਟ੍ਰੇਲਰ ਆਪਾਂ ਦੇਖਣ ਜਾ ਰਹੇ ਹਾਂ, ਕਿਵੇਂ ਦਾ ਟ੍ਰੇਲਰ ਹੋਣਾ ਕਰਦਾ ਹੈ, ਅਤੇ ਬਾਅਦ ਵਿੱਚ ਮੂਵੀ ਜਿਹੜੀ ਆ ਰਹੀ ਹੈ ਉਹ ਵੀ ਆਪਾਂ ਸਾਰਿਆਂ ਨੇ ਦੇਖਣੀ ਹੈ। ਪਹਿਲਾਂ ਆਪਾਂ ਟ੍ਰੇਲਰ ਦੇਖਦੇ ਹਾਂ, ਫਿਰ 20 ਸਤੰਬਰ ਨੂੰ ਮੂਵੀ ਆ ਰਹੀ ਹੈ, ਉਦਣ ਵੀ ਕੱਟੜ ਫੈਨ ਨੇ ਕਹਿ ਲਈਏ ਕਿ ਗਾਹ ਪਾਉਣਾ ਹੈ, ਜਿਹਦੇ ਵਿੱਚ ਕਹਿ ਸਕਦੇ ਆਪਣੇ ਰੱਬ ਦਾ ਡੱਬਾ ਲੱਗ ਰਿਹਾ ਸਿਨੇਮੇ ਹਾਲਾਂ ਦੇ ਵਿੱਚ। ਆਓ ਚੈੱਕ ਕਰੀਏ ਮੂਵੀ ਦਾ ਟ੍ਰੇਲਰ ਕਿਵੇਂ ਹੋਣਾ ਕਰਦਾ ਹੈ, ਅਤੇ ਪ੍ਰੀਮੀਅਮ ਲੱਗਾ ਹੈ ਸਾਗਾ ਇਟਸ ਮਿਊਜ਼ਿਕ 'ਤੇ। ਆਓ ਚੈੱਕ ਕਰਦੇ ਹਾਂ। 5 4 3 2 1 0 ਆਓ ਚੈੱਕ ਕਰੀਏ। ਉਹ ਜਵਾਨਾ, ਆਪਣੇ ਰਸਾਲੇ ਨੂੰ ਤਾਂ ਫਰਾਂਸ ਜੰਗ 'ਚ ਕੱਲਣ ਦੀ ਤਿਆਰੀ ਹੋ ਰਹੀ ਹੈ, ਤੂੰ ਕਹਿੰਦਾ ਛੁੱਟੀ ਚਾਹੀਦੀ। ਸੁਣੋ ਸੁਣੋ ਸੁਣੋ, ਰਾਜਾ ਦਾ ਫੈਸਲਾ, ਰਿਆਸਤ ਦਾ ਫਰਮਾਨ, ਸੁੱਚਾ ਸੁਮਾਉਣ ਵਾਲੇ ਨੂੰ ਇੱਥੇ ਫਾਂਸੀ ਦਿੱਤੀ ਜਾਣੀ ਹੈ। ਓਏ ਸੁੱਚਿਆ, ਲਓ ਵੀ ਇਹ ਸਮਾਨ ਆ ਸੁੱਚਾ, ਤੇ ਨਾਲ ਉਹਦਾ ਪੱਗ ਵੱਟ ਯਾਰ ਕੁੱਕਰ। ਜਦੋਂ ਖੜ ਜਾਂਦੇ ਯਾਰ ਪਿੱਠਾਂ ਜੋੜ ਕੇ, ਨੀ ਥਰ ਥਰ ਪਿੰਡ ਕੰਬਦਾ, ਨਾਲੇ ਮੈਨੂੰ ਬੱਕੀ ਨਹੀਂ ਬੱਕਾ ਲੱਗਦਾ। ਚਾਦਰ ਵਿਛਾ ਦੇਣੀ ਥੱਲੇ, ਮੰਜਾ ਹੋਣਾ ਹੀ ਨਹੀਂ, ਤੇ ਉੱਥੇ ਲੰਮੇ ਪੈ ਜਾਣਾ ਤੇ ਡਿੱਗ ਜਾਣਾ। ਇਹ ਚੀਜ਼ਾਂ ਦੇਖੋ, ਸਾਰੇ ਪੁਰਾਣਾ ਓਲਡ ਕਲਚਰ ਸਾਨੂੰ ਵੇਖਣ ਨੂੰ ਮਿਲ ਰਿਹਾ, ਜਿਹੜਾ ਸਾਡੇ ਪੰਜਾਬ ਦੇ ਵਿੱਚ ਹੁਣ ਇਹ ਕਹਿ ਲਈਏ ਖੋ ਚੁੱਕਿਆ ਹੈ, ਜਿਹੜਾ ਕਲਚਰ ਜਿਹੜਾ ਸਾਨੂੰ ਇਸ ਮੂਵੀ ਦੇ ਵਿੱਚ ਦਿਖਾਇਆ ਜਾ ਰਿਹਾ। ਬਹੁਤ ਵੱਡੀ ਇਹ ਵੀ ਚੀਜ਼ ਹੈ ਕਿ ਬਾਈ ਉਸ ਸਮੇਂ ਦੇ ਵਿੱਚ ਲੈ ਜਾਣਾ, ਜਿਹੜੇ ਸਮੇਂ ਦੇ ਵਿੱਚ ਚਰਖੇ ਕੱਤਣੇ, ਜਿਹੜੇ ਸਮੇਂ ਦੇ ਵਿੱਚ ਕੱਚੇ ਘਰ ਹੋਣੇ, ਕੱਚੇ ਮਕਾਨ ਹੋਣੇ, ਇਹਨਾਂ ਚੀਜ਼ਾਂ ਨੂੰ ਉਹ ਮੂਵੀ ਜਿਹੜੀ ਹੈ ਨਾ ਉਹ ਫੀਲ ਕਰਾ ਦੇਵੇਗੀ। ਕਹਿ ਲਈਏ ਕਿ ਜਿਹੜੇ ਤਾਂ ਹੈਗੇ ਨਾ 90 ਮਾਡਲ, ਉਹ ਇਸ ਮੂਵੀ ਨੂੰ ਤਾਂ ਕਹਿ ਲਈਏ ਕਿ ਰੂਹ ਦੇ ਨਾਲ, ਸਕੂਨ ਦੇ ਨਾਲ ਉਸ ਚੀਜ਼ ਨੂੰ ਕਹਿ ਲਈਏ ਕਿ ਦੇਖਣਗੇ ਕਿ ਆਹ ਚੀਜ਼ਾਂ ਅਸੀਂ ਦੇਖ ਚੁੱਕੇ ਹਾਂ, ਪਰ ਆਹ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੀ ਹੁਣ ਕਹਿ ਲਈਏ ਕਿ 2000 ਕਹਿ ਲਈਏ ਕਿ 10 ਤੋਂ ਬਾਅਦ ਜਾਂ 2000 ਦੇ ਮਾਡਲ ਦੇ ਵਿੱਚ ਆਈ ਹੈ, ਉਹਨਾਂ ਨੂੰ ਇਹ ਚੀਜ਼ਾਂ ਹੁਣ ਨਸੀਬ ਨਹੀਂ ਹੋ ਰਹੀਆਂ। ਆਓ ਚੈੱਕ ਕਰੀਏ। ਜੇ ਖਿੱਚ ਕੇ ਧਰਤੀ ਦੇ ਪੈਰ ਮਾਰਾਂ ਨਾ, ਤੇਰਾ ਅੱਧਾ ਪਿੰਡ ਭਜਾ ਦੂੰ। ਏ ਕੁੜੀਓ, ਦੇ ਮੈਲ ਜਾਣ ਤੋਂ ਪਹਿਲਾਂ ਬਹੂ ਦੀ ਸੰਗ ਤਾਂ ਲੋਹਾ ਲੋ। ਤੂੰ ਰਹਿਣ ਦੇ, ਕਿਤੇ ਸੰਗ ਲੈਂਦੀ ਲੈਂਦੀ ਜਮਾ ਹੀ ਨਾ ਲੈ ਜਾਏ। ਇਹਦੇ ਵਿੱਚ ਸਟੋਰੀ ਆ ਯਾਰ ਹੁੰਦਾ ਭਾਈ ਨਰੈਣਿਆ, ਨਜ਼ਰ ਲਾ ਕੇ ਕਿਸੇ ਦੀ ਇਸ ਘਰ ਦੀਆਂ ਖੁਸ਼ੀਆਂ ਨੂੰ। ਜਿਸ ਦਿਨ ਤੀਵੀਂ ਨੂੰ ਕਹਿਣ ਦਾ ਹੱਕ ਮਿਲ ਗਿਆ ਨਾ, ਉਸ ਦਿਨ ਸੂਰਜ ਦੂਜੇ ਪਾਸਿਓਂ ਚੜ ਜੂ। ਲੈ ਚੜ ਗਿਆ ਸੂਰਜ ਦੂਜੇ ਪਾਸਿਓਂ। ਸੁੱਚੇ ਤੇ ਕੁੱਕਰ ਦੀ ਯਾਰੀ ਦੀਆਂ ਗੱਲਾਂ ਸੱਤਾ ਪਿੰਡਾਂ 'ਚ ਹੁੰਦੀਆਂ ਸੀ, ਹੁਣ ਉਹਨਾਂ ਦੇ ਵੈਰ ਦੀਆਂ ਹੁੰਦੀਆਂ। ਭਾਈ ਅੱਧਾ ਪਿੰਡ ਤਾਂ ਫਟੜ ਹੋਇਆ ਫਿਰਦਾ। ਭਾਈ ਚਾਹੇ ਸਾਰਾ ਹੋ ਜੇ,
ਹੁਣ ਤਾਂ ਕਤਲ ਹੋਣਗੇ ਕਤਲ। ਇੱਥੇ ਕੀ ਲੈਣਾ ਹੈ? ਪੱਗ ਲੈਣਾ ਹੈ। ਭੁਲਕੇ ਵੀ ਮਪਾਲ ਪੱਤੀ ਪੈਰ ਨਾ ਪਾਈ, ਜਾਏਗਾ ਗੋਡਿਆਂ ਤੇ, ਜਾਏਗਾ ਮੋਢਿਆਂ ਤੇ। ਯਾਰ ਮਾਰ ਜਿਹੜੇ ਕਰਦੇ ਨੇ ਨਾ, ਇੱਕ ਦੇਖੇ ਨਾ ਮੈਂ ਨਾ ਰਣਜੀਤ ਬਾਬਾ ਦਾ ਇੱਥੇ ਇੱਕ ਗਾਣਾ ਚੇਤਾ ਆ ਗਿਆ, ਯਾਰ ਯਾਰ ਕਹਿਣ ਵਾਲੇ ਘਰੇ ਆ ਕੇ ਬਹਿਣ ਵਾਲੇ ਭੈਣ ਉੱਤੇ ਰੱਖ ਲੈਂਦੇ ਆ। ਕਈ ਇਹੋ ਜਿਹੇ ਯਾਰ ਹੁੰਦੇ ਨੇ ਤੁਹਾਡੇ ਨਾਲ, ਯਾਰੀਆਂ ਹੀ ਉਹ ਇਸ ਕਰਕੇ ਪਾਉਂਦੇ ਹੁੰਦੇ ਨੇ ਕਿ ਤੁਹਾਡੇ ਭੈਣ 'ਤੇ ਜਾਂ ਕਿਸੇ 'ਤੇ ਅੱਖ ਰੱਖਣਾ ਚਾਹੁੰਦੇ ਨੇ, ਤੁਹਾਡੇ ਕੋਈ ਫਾਇਦਾ ਲੈਣਾ ਚਾਹੁੰਦੇ ਨੇ। ਨਹੀਂ ਤਾਂ ਬੜੇ ਉਹੋ ਜਿਹੇ ਘੱਟ ਯਾਰ ਮਿਲਦੇ ਨੇ ਜਿਹੜੇ ਤੁਹਾਡੀ ਭੈਣ ਨੂੰ ਆਪਣੀ ਭੈਣ ਸਮਝਣਗੇ, ਜਿਹੜੇ ਕਹਿ ਲਈਏ ਤੁਹਾਡੇ ਨਾਲ ਸਾਥ ਦੇਣ ਵਾਲੇ ਹੋਣਗੇ, ਉਹ ਤੁਹਾਡੇ ਨਾਲ ਮਤਲਬ ਕਰਕੇ ਨਹੀਂ ਜੁੜੇ ਹੋਣਗੇ। ਇਹ ਚੀਜ਼ਾਂ ਇਹ ਮੂਵੀ ਦੇ ਵਿੱਚੋਂ ਸਿੱਖਣ ਨੂੰ ਮਿਲਣਗੀਆਂ, ਕਿਉਂਕਿ ਅੱਗੇ ਆਪਾਂ ਗੱਲ ਕਰਦੇ ਹਾਂ। ਮੈਂ ਅੱਜ ਤੱਕ ਇਹੋ ਜਿਹੀ ਲੜਾਈ ਨਹੀਂ ਦੇਖੀ। ਸੂਰਮਾ ਕੱਲਾ ਹੀ ਆ ਗਿਆ, ਕਿੱਥੇ ਨਾ ਤੇਰੇ ਹਮਾਇਤੀ। ਸ਼ੇਰ ਕੱਲਾ ਹੀ ਹੁੰਦਾ ਕੁਕਰਾ। ਯਾਰ ਸਵਾਦ ਲਿਆ ਤਾ ਯਾਰ ਮਾਨ ਸਾਹਿਬ ਨੇ ਸੱਚੀ। ਯਾਰ ਇਹ ਸੀ ਜੀ ਮੂਵੀ ਦਾ ਟ੍ਰੇਲਰ। ਸੱਚੀ ਯਾਰ ਰੋਂਗਟੇ ਖੜੇ ਕਰਨ ਵਾਲੀ ਗੱਲ ਹੈ ਯਾਰ, ਜਿਹਦੇ ਵਿੱਚ ਤੁਹਾਨੂੰ ਸੁੱਚਾ ਸੂਰਮਾ ਮੂਵੀ ਦੀ ਜਿਹੜੀ ਸਟੋਰੀ ਹੈ 1915 ਤੋਂ ਲੈ ਕੇ ਉਹ ਦਿਖਾਈ ਜਾਵੇਗੀ, ਕਿ ਜਿਸ ਤਰ੍ਹਾਂ ਬੱਬੂ ਮਾਨ ਦਾ ਰੋਲ ਦਿਖਾਇਆ ਗਿਆ ਸਟਾਰਟਿੰਗ ਦੇ ਵਿੱਚ, ਉਹ ਜਿਹੜਾ ਫੌਜੀ ਆਰਮੀ ਦੇ ਵਿੱਚ ਭਰਤੀ ਹੋ ਜਾਂਦਾ ਹੈ, ਉਹਨਾਂ ਦਾ ਵਿਆਹ ਹੋ ਜਾਂਦਾ ਬਾਅਦ ਵਿੱਚ ਆਰਮੀ ਦੇ ਵਿੱਚ, ਬਾਅਦ 'ਚ ਉਹਨਾਂ ਦਾ ਜਿਹੜਾ ਸਖਾ ਯਾਰ ਹੁੰਦਾ ਹੈ ਉਹੀ ਯਾਰ ਘਰ ਦੇ ਵਿੱਚ ਮਾਰ ਕਰਨ ਵਾਲਾ ਹੁੰਦਾ। ਇਸ ਕਰਕੇ ਜ਼ਰੂਰੀ ਨਹੀਂ, ਜਦੋਂ ਇੱਕ ਗੱਲ ਉਹਨਾਂ ਬੜੇ ਸਿਆਣਿਆਂ ਦੀ ਕਹਿੰਦੇ ਨਾ, ਕਹਿੰਦੇ ਜਦੋਂ ਘਰ ਦੇ ਵਿੱਚ ਨੌਜਵਾਨ ਧੀ ਭੈਣ ਹੋਵੇ ਨਾ, ਅਤੇ ਜਵਾਨ ਮੁੰਡਿਆਂ ਨੂੰ ਘਰ ਨਹੀਂ ਲੈ ਕੇ ਆਈਦਾ, ਯਾਰ ਨਹੀਂ ਬਣਾਈਦੇ ਹੁੰਦੇ ਬੜੇ, ਕਿਉਂਕਿ ਯਾਰ ਬੜੇ ਉਹ ਹੁੰਦੇ ਨੇ ਕਈ, ਕਿ ਜਿਹੜੇ ਯਾਰ ਮਾਰ ਕਰਨ ਵਾਲੇ ਹੁੰਦੇ ਨੇ, ਕਈ ਉਹ ਹੁੰਦੇ ਨੇ ਜਿਹੜਾ ਤੁਹਾਡੀ ਭੈਣ ਨੂੰ ਭੈਣ ਸਮਝਦੇ ਨੇ। ਸਾਰੇ ਮਾੜੇ ਵੀ ਨਹੀਂ ਹੁੰਦੇ, ਸਾਰੇ ਗਲਤ ਵੀ ਨਹੀਂ ਹੁੰਦੇ, ਪਰ ਇਹਦੇ ਵਿੱਚ ਜਿਹੜੀ ਚੀਜ਼ ਉਹ ਤੁਹਾਨੂੰ ਦਿਖਾਈ ਗਈ ਹੈ ਯਾਰ ਮਾਰ ਕਰਨ ਵਾਲਿਆਂ ਦੀ, ਜਿਹਦੇ ਵਿੱਚ ਅਣਖ ਦੇ ਨਾਲ ਫਿਰ ਸੁੱਚਾ ਸੂਰਮਾ ਆਉਂਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਸਾਰੇ ਉਹਨਾਂ ਦਾ ਗਾਟਾ ਲਾਉਂਦਾ ਹੈ ਅਤੇ ਉਹਨਾਂ ਨੂੰ ਸਬਕ ਸਿਖਾਉਂਦਾ ਹੈ ਜਿਹੜੇ ਯਾਰ ਦੇ ਯਾਰੀ ਦੇ ਵਿੱਚ ਗਰਦਾਰੀ ਕਰ ਜਾਂਦੇ ਨੇ। ਅਤੇ ਸੱਚੀ ਰੋਂਗਟੇ ਖੜ੍ਹੇ ਕਰਨ ਵਾਲੀ ਵੱਡੀ ਤਗੜੀ ਮੂਵੀ ਹੈ, ਜਿਹਦੇ ਵਿੱਚ ਲਾਸਟ 'ਤੇ ਗੱਲ ਕਹੀ ਗਈ ਤੂੰ ਇਕੱਲਾ ਹੀ ਆ ਗਿਆ, ਕਹਿੰਦੇ ਸ਼ੇਰ ਇੱਧਰੋਂ ਇਕੱਲਾ ਹੀ ਆਉਂਦਾ ਹੁੰਦਾ ਯਾਰ ਐਕਟਿੰਗ। ਅਤੇ ਦੂਜੀ ਗੱਲ ਜਿਹੜੀ ਉਹ ਚੀਜ਼ ਦਿਖਾਈ ਗਈ ਹੈ ਗੰਡਾਸਿਆਂ ਵਾਲੀ, ਸਿੱਧੇ ਗੰਡਾਸਾ ਤੋੜਨਾ, ਸਵਾਦ ਆਉਣ ਵਾਲਾ ਬਾਈ ਮੂਵੀ ਦਾ। ਸੱਚੀ 20 ਸਤੰਬਰ ਨੂੰ ਇਹ ਮੂਵੀ ਆ ਰਹੀ ਹੈ ਅਤੇ ਸਾਰਿਆਂ ਨੇ ਜਾ ਕੇ ਜ਼ਰੂਰ ਚੈੱਕ ਕਰਨੀ ਹੈ, ਗਾਹ ਪਾਉਣਾ ਹੈ ਕਹਿ ਲਈਏ ਕਿ ਸਿਨੇਮੇ ਹਾਲਾਂ ਦੇ ਵਿੱਚ। ਅਤੇ ਇਹਦੇ ਵਿੱਚ ਸੁੱਚੇ ਸੂਰਮੇ ਦੀ ਗੱਲ ਕੀਤੀ ਹੈ ਕਿ ਜਿਹੜਾ ਬਾਈ ਅਣਖਾਂ ਦਾ ਸੁੱਚਾ ਸੀ, ਜਿਹੜਾ ਸੂਰਮਾ ਸੀ, ਜਿਹੜਾ ਕਿਸੇ ਦੀ ਧੀ ਭੈਣ 'ਤੇ ਮਾੜੀ ਨਿਗਾਹ ਨਹੀਂ ਰੱਖਦਾ ਸੀ, ਪਰ ਆਪਣੀ ਕਹਿ ਲਈਏ ਨਾ ਕਿਸੇ ਦੀ ਜੇ ਧੀ ਭੈਣ 'ਤੇ ਮਾੜੀ ਨਿਗਾਹ ਰੱਖਣੀ ਅਤੇ ਆਪਣੀ ਤਾਂ ਫਿਰ ਪੈਣ ਵੀ ਨਹੀਂ ਦਿੰਦਾ ਸੀ ਉਹ ਕਿਸੇ ਦੀ, ਅਤੇ ਜੇ ਪੈਂਦੀ ਸੀ ਤਾਂ ਫਿਰ ਉਹਨਾਂ ਦਾ ਫਿਰ ਸਬਕ ਬੁਰਾ ਹਾਲ ਕੀ ਹੁੰਦਾ ਹੈ, ਤੁਸੀਂ ਇਸ ਮੂਵੀ ਦੇ ਵਿੱਚ ਚੈੱਕ ਕਰ ਲਿਓ। ਟ੍ਰੇਲਰ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ, ਬਾਕੀ ਆਪਾਂ ਪੂਰੀ ਸਟੋਰੀ ਇਹਦੇ ਵਿੱਚ ਆਪਾਂ ਨਹੀਂ ਕਲੀਅਰ ਕਰਾਂਗੇ, ਕਿਉਂਕਿ ਉਹ ਨਾ ਇੱਕ ਐਕਸਾਈਟਮੈਂਟ ਹੁੰਦੀ ਹੈ, ਇੰਟਰਸਟ ਹੁੰਦਾ ਹੈ ਕਿ ਉਸ ਮੂਵੀ ਦੇ ਵਿੱਚ ਕੀ ਦਿਖਾਇਆ ਜਾਵੇਗਾ, ਉਹ ਆਪਾਂ ਮੂਵੀ ਦੇ ਵਿੱਚ ਜ਼ਰੂਰ ਚੈੱਕ ਕਰਾਂਗੇ। ਦੱਸਣ ਨੂੰ ਤਾਂ ਆਪਾਂ ਇੱਥੇ ਵੀ ਸਾਰੀ ਗੱਲਬਾਤ ਕਰ ਸਕਦੇ ਹਾਂ ਕਿ ਇਸ ਮੂਵੀ ਦਾ ਪੂਰੀ ਸਟੋਰੀ ਕੀ ਹੈ, ਪਰ ਨਹੀਂ,
ਇਹ ਜੋ ਟ੍ਰੇਲਰ ਦੇਖਿਆ ਉਹਦੇ ਵਿੱਚ ਹੀ ਆਨੰਦ ਲਓ। ਬਹੁਤ ਸਿਰਾ ਟ੍ਰੇਲਰ ਯਾਰ, ਅਤੇ ਐਂਡਲੈਸ ਯਾਰ। ਤੁਸੀਂ ਦੱਸਣਾ ਟ੍ਰੇਲਰ ਕਿਵੇਂ ਦਾ ਲੱਗਾ, ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਕਿਹਨੂੰ ਕਿਹਨੂੰ ਕਹਿ ਲਈਏ ਕਿ ਹੁਣ ਮੂਵੀ ਦੇਖਣ ਦਾ ਚਾਅ ਹੈ, ਕਿ ਆਉਣ ਵਾਲੀ 20 ਸਤੰਬਰ ਕਦੋਂ ਆਵੇ ਅਤੇ ਕਦੋਂ ਸਿਨੇਮੇ ਹਾਲਾਂ ਦੇ ਵਿੱਚ ਟਿਕਟਾਂ ਬੁੱਕ ਕਰਾ ਕੇ ਦੇ ਜਾਈਏ। ਸੋ ਕਮੈਂਟ ਬਾਕਸ 'ਤੇ ਕਮੈਂਟ ਕਰਕੇ ਦੱਸਣਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ।